ਲਓ ਵੀ ਦੋਸਤੋ, ਅੱਜ ਆਪਾਂ ਤਿਆਰ ਕਰ ਰਹੇ ਹਾਂ ਇਹਨਾਂ ਪੌਦਿਆਂ ਦੀ ਦੇਖਭਾਲ ਲਈ ਡੀਕੰਪੋਜ। ਇਹ ਆਪਣੇ ਸਬਜ਼ੀਆਂ ਜਿਹੜੀਆਂ ਲਾਈਆਂ ਹੋਈਆਂ ਸਾਰੀਆਂ ਔਰਗੈਨਿਕ ਨੇ, ਬਿਨਾਂ ਕੈਮੀਕਲ ਤੋਂ, ਬਿਨਾਂ ਰੇਹ ਸਪਰੇ ਤੋਂ। ਅਤੇ ਆਹ ਲਿਆ ਜੀ ਆਪਾਂ ਪਾਣੀ, ਆਹ 2 ਕਿਲੋ ਲਿਆ ਜੀ ਆਪਾਂ ਗੁੜ। ਇਹ ਹੈਗਾ ਜੀ ਬੈਸਟ ਡੀਕੰਪੋਜ, ਜਿਹਦੇ ਨਾਲ ਆਪਾਂ ਇਹਦਾ ਘੋਲ ਤਿਆਰ ਕਰਾਂਗੇ। 7 ਦਿਨ ਆਪਾਂ ਇਹ ਰੱਖਣਾ ਗਾ ਪਾਣੀ, 7 ਦਿਨਾਂ ਬਾਅਦ ਇਹਦਾ ਘੋਲ ਤਿਆਰ ਹੋ ਜੂਗਾ। ਬਾਅਦ 'ਚ ਤੁਸੀਂ ਸਬਜ਼ੀਆਂ ਦੇ ਉੱਤੇ ਪਾ ਸਕਦੇ ਹੋ। ਸਬਜ਼ੀ ਦੇ ਉੱਤੇ ਕੋਈ ਵੀ ਮਤਲਬ ਰੇ ਯੂਰੀਆ ਜਾਂ ਡਾਇਆ ਜਾਂ ਕੋਈ ਵੀ ਸਪਰੇ ਕਰਨ ਦੀ ਲੋੜ ਨਹੀਂ, ਤੁਹਾਡੀ ਜਿਹੜੀ ਫਸਲ ਆ ਔਰਗੈਨਿਕ ਹੋਊਗੀ। ਇਹ ਆਪਣੇ ਖੇਤਾਂ ਦੇ ਵਰਤੋਂ, 1 ਏਕੜ ਦੇ ਵਿੱਚ 200 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ ਜੀ। ਬੈਸਟ ਡੀਕੰਪੋਜ ਪਾ ਰਹੇ ਹਾਂ ਅਤੇ 200 ਲੀਟਰ ਪਾਣੀ ਦੇ ਵਿੱਚ ਹੁਣ ਪਾਵਾਂਗੇ ਆਪਾਂ ਗੁੜ, ਇਹਦੇ ਗੁੜ ਪਾ ਰਹੇ ਹਾਂ। ਭਰਲਾ ਭਰਲਾ ਚੱਲ, ਜ਼ਰੂਰੀ ਆ, ਉਧਰ ਬੰਦ ਆ, ਛੱਡ ਗਈ ਮੈਂ ਬੰਦ ਕਰਦਾ।